साढ़े नाल इस वेले दो पंजाबी गभरू मौजूद ने, एक दा नाम है इरफान पिंडर साहब ते दूजे ने इहतिशाम साहब। इन्हां नाल गल करने कि इत्थे की करन डे ने ते इहदा की मतलब है जिहड़ा सिर ते इन्हां ने एड्डा वड्डा पाया होया है। अस्सलाम वालेकुम जी। जी बिस्मिल्लाह जी। वालेकुम सलाम जी। पहले तो बहुत शुक्रिया जी, तुसां लबकुशाही दा मौका दित्ता और बहुत अच्छा तुसां सवाल कीता जी। ਅਰਾ ਸਿਰ ਤੇ ਪਾਇਆ ਬੇਸਿਕਲੀ ਇਹਨੂੰ ਆਉਂਦੇ ਨੇ ਜੀ ਪੱਗ। ਅੱਛਾ। ਪਰ ਅਸੀਂ ਚੂੰਕਿ ਪੰਜਾਬ ਤੋਂ ਬਿਲੋਂਗ ਕਰਨੇ ਹਾਂ, ਉੱਤੋਂ ਅਸੀਂ ਜੱਟ ਹਾਂ ਜੀ, ਅਤੇ ਜੱਟ ਜਿਹੜੀ ਉਹਨਾਂ ਦੀ ਜਿਹੜੀ ਪਗੜੀ ਹੈ ਉਹ ਇੱਜ਼ਤ ਹੁੰਦੀ ਹੈ, ਇਹਦੇ ਵਾਸਤੇ ਧੋਣਾ ਵੀ ਲਵਾ ਦਿੰਦੇ ਨੇ। ਅੱਛਾ। ਉਸ ਤੋਂ ਇਲਾਵਾ ਮਜ਼ੀਦ ਅਗਰ ਇਹਦੀ ਤੁਸੀਂ ਡੈਫੀਨੇਸ਼ਨ ਪੁੱਛਦੇ ਹੋ, ਮਜ਼ੀਦ ਦੀ ਡਿਟੇਲ ਜਾਣਦੇ, ਤਾਂ ਜੱਟ ਬੇਸਿਕਲੀ ਅਜ਼ਮਤ ਦਾ, ਬਜ਼ੁਰਗੀ ਦਾ, ਦਨਾਈ ਦਾ ਔਰ ਸਰਦਾਰੀ ਦਾ ਨਿਸ਼ਾਨ ਹੈ ਜੀ। ਇਸ ਵਾਸਤੇ ਸਾਨੂੰ ਮਾਂ ਨੇ ਆਪਣੇ ਪੁਰਖਾਂ ਦੀ ਜਿਹੜੀ ਸਾਡੀ ਨਿਸ਼ਾਨੀ ਵੀ ਹੈ ਜੀ, ਤਾਂ ਸਾਨੂੰ ਰੀਤ ਜ਼ਿੰਦਾ ਕਰਨ ਵਾਸਤੇ ਅੱਜ ਅਸੀਂ ਪਗੜੀਆਂ ਪਾ ਕੇ ਤੇ ਇੱਥੇ ਜਨਾਬ ਇੰਟਰਨੈਸ਼ਨਲ ਪੰਜਾਬੀ ਕਾਨਫਰੰਸ ਹੋ ਰਹੀ ਹੈ ਜੀ। ਉੱਥੇ ਜੱਟ ਬਰਾਦਰੀ ਜਿਹੜੀ ਹੈ ਆਪਣੇ ਪੰਜਾਬੀ ਭਰਾਵਾਂ ਨੂੰ ਵੈਲਕਮ ਕਹਿ ਰਹੀ ਹੈ, ਪਿਆਰ ਵੰਡ ਰਹੀ, ਮੁਹੱਬਤਾਂ ਵੰਡ ਰਹੀ, ਅਤੇ ਇਸ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਹਾਂ। ਅੱਛਾ, ਤੁਸੀਂ ਕਿਹਾ ਕਿ ਧੋਣਾ ਵੀ ਲਵਾ ਦਿੰਦੇ ਹਾਂ, ਤਾਂ ਕਿਸੇ ਨੂੰ ਧੋਣਾ ਪਏ ਤਾਂ ਧੋ ਵੀ ਦਿੰਦੇ ਹੋ ਜਾਂ ਨਹੀਂ? ਜੀ ਹਾਂ, ਅਸੀਂ ਆਪਣੇ ਮੂੰਹ ਕੀ ਦੱਸਣਾ, ਦੁਨੀਆ ਨੂੰ ਪਤਾ, ਜੱਗ ਜਾਣਦਾ। ਠੀਕ ਹੋ ਗਿਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ? ਜੀ ਠੀਕ ਹੈ, ਜਿਸ ਤਰ੍ਹਾਂ ਤੁਸੀਂ ਕਿਹਾ, ਇਨਸ਼ਾਅੱਲਾ ਅਸੀਂ ਧੋਣਾ ਧੋ ਲੈਂਦੇ ਹੋ? ਧੋ ਲੈਂਦੇ ਹਾਂ ਇਨਸ਼ਾਅੱਲਾ। ਕਿਹਦਾ ਧੋਂਦੇ ਹੋ ਫਿਰ? ਇਹ ਤਾਂ ਫਿਰ ਜਿਹਨੂੰ ਧੁੱਪਿਆ ਹੋਵੇ ਉਹਨੂੰ ਪਤਾ ਹੁੰਦਾ ਵੀ ਕਿੰਝ ਦਾ ਧੋਈਦਾ। ਹਾਂਜੀ, ਛੇਤੀ ਦਾਗ ਤਾਂ ਨਹੀਂ ਪੈਂਦੇ, ਕਿਉਂਕਿ ਕਹਿੰਦੇ ਨੇ ਅਕਸਰ ਦਾਗ ਤੋਂ ਅੱਛੇ ਹੁੰਦੇ ਹਨ। ਨਹੀਂ, ਅਸਲ ਗੱਲ ਪਤਾ ਕੀ ਇਹ ਜੱਟ ਜਿਹੜੇ ਨੇ ਨਾ, ਇਹ ਬੜੇ ਥੋੜ੍ਹੇ ਜਿਹੇ ਨਾ ਇੱਕ ਸ਼ਰੀਫ ਜੀ ਕੌਮ ਹੀ ਹੈ, ਅਤੇ ਉਹ ਡਾਡੀ ਸ਼ਰੀਫ ਹੈ ਬਈ, ਡਾਡੀ ਸ਼ਰੀਫ ਹੈ। ਉਹ ਕਹਿੰਦੇ ਨੇ ਜੀ ਭੁੱਖੇ ਹੋਣ ਅਤੇ ਕੁੱਟਣ ਲੱਗ ਪੈਂਦੇ ਨੇ, ਰੱਜੇ ਹੋਣ ਦੇ ਲੁੱਟਣ। ਮਜ਼ਾਕ ਕੀਤਾ, ਤੁਸੀਂ ਖੁਦ ਕਿਹਾ ਸੀ ਕਿ ਮਜ਼ਾਕ ਨਾਲ ਗੱਲ ਕਰਨੀ ਹੈ। ਹਾਂਜੀ, ਨਹੀਂ ਨਹੀਂ, ਮੈਂ ਤੁਹਾਨੂੰ ਕਿਹੜਾ ਕਹਿਤਾ ਵੀਰੇ, ਰਿਲੈਕਸ ਰਹੋ। ਅੱਛਾ, ਮੈਨੂੰ ਇਹ ਦੱਸੋ, ਇਹ ਤੁਸੀਂ ਮੂੰਛਾਂ ਨੂੰ ਤਾਓ ਦਿੱਤਾ ਹੈ ਜੀ ਜੀ, ਅਤੇ ਇਹ ਕੀ ਮਾਇਆ ਲਾਉਂਦੇ ਹੋ ਇਹਨੂੰ, ਕਿ ਸਪਰੇਅ ਕਰਦੇ ਹੋ, ਕੀ ਕੀ ਤੁਹਾਡੀ ਲੌਜਿਕ ਕੀ ਇਹਦੇ ਪਿੱਛੇ? ਜੀ, ਮੁੱਛਾਂ ਦਾ ਜਿਹੜਾ ਮਤਲਬ ਹੈ ਨਾ ਜੀ, ਉਹ ਤਾਂ ਆ ਕਿ ਬੇਸਿਕਲੀ ਇੱਕ ਆ ਵੀ ਸਰਦਾਰੀ ਦੀ ਨਿਸ਼ਾਨੀ ਹੈ ਜਨਾਬ। ਅਕਸਰ ਉਹ ਕਹਿੰਦੇ ਨੇ ਜੀ ਮੁੱਛ ਨਹੀਂ ਤੇ ਕੁਛ ਨਹੀਂ, ਪਾਈ ਹੋਵੇ ਤੇ ਮੁੱਛ ਵਾਲਾ ਹੋਵੇ ਤੇ ਬਾਕੀ ਮਜ਼ਾਕ ਨੇ। ਪੰਜਾਬੀ ਜਿਹੜਾ ਨਾ ਜੀ, ਸਾਡਾ ਪੰਜਾਬੀ ਜਿਹੜਾ ਸਾਡਾ ਕਲਚਰ ਹੈ, ਸਾਡੀ ਰਿਤ ਹੈ, ਸਾਡਾ ਸਕਾਫਤ ਹੈ, ਸਾਡਾ ਜਨਾਬ ਪੁਰਖਾਂ ਦੀ ਜਿਹੜੀ ਨਿਸ਼ਾਨੀ ਅਸੀਂ ਉਹ ਰੀਤ ਨੂੰ ਜ਼ਿੰਦਾ ਕੀਤਾ ਜੀ, ਬੇਸਿਕਲੀ ਸਰਦਾਰੀ ਦੀ ਨਿਸ਼ਾਨੀ ਹੈ ਜੀ। ਮੁੱਛ ਨੂੰ ਉਦਾਂ ਚੁੱਕ ਕੇ ਉਹ ਤੁਰਦਾ ਜਿਹਦੇ ਕੋਈ ਗੱਲ ਹੋਵੇ, ਜਿਹਦਾ ਆਪਣਾ ਕਿਰਦਾਰ ਸਾਫ਼ ਹੋਵੇ, ਜਿਹੜਾ ਆਪਣਾ ਧੀਆਂ ਭੈਣਾਂ ਦੀ ਇੱਜ਼ਤ ਕਰਨਾ ਜਾਣਦਾ ਹੋਵੇ, ਜ਼ੁਲਮ ਦੇ ਖਿਲਾਫ਼ ਡਟਣ ਵਾਲਾ, ਮਜ਼ਲੂਮ ਦੇ ਨਾਲ ਖਲੋਣ ਵਾਲੇ ਨੂੰ ਜਨਾਬ, ਉਹ ਹੀ ਮੁੱਛ ਉਤਾਂ ਕਰਕੇ ਚੱਲ ਸਕਦਾ। ਜਿਹੜਾ ਬੰਦਾ ਕਰਪਟ, ਜਿਹੜਾ ਦੋ ਨੰਬਰ, ਉਹ ਕਦੀ ਵੀ ਮੁੱਛ ਉੱਤੇ ਨਹੀਂ ਕਰੇਗਾ। ਇੱਕ ਵੀਰ ਤੁਹਾਡੇ ਨਾਲ ਖਲੋਤਾ, ਇਹਨਾਂ ਨੇ ਉੱਤੇ ਨਹੀਂ ਕੀਤੀ, ਇਹ ਕੀ ਲੌਜਿਕ ਹੈ ਬਈ? ਇਹਨਾਂ ਦੀ ਅਜ਼ਰ ਜੀ ਛੋਟੀਆਂ ਨੇ, ਥੋੜ੍ਹੀਆਂ ਜਿਹੀਆਂ ਕਰ ਲੈਣ ਦੇ। ਠੀਕ ਹੋ ਗਿਆ, ਇਹਨਾਂ ਦੇ ਅਜੇ ਕੰਮ ਜਿਹੜੇ ਨਾ ਉਹ ਉਸ ਲੈਵਲ ਦੇ, ਜਦੋਂ ਕੰਮ ਹੋ ਜਾਵੇ ਕਰਨਗੇ ਤਾਂ ਮੁੱਛ ਆਪੇ ਉੱਤੇ ਹੋ ਜਾਏ। ਮੁੱਛ ਦੇ ਆਉਂਦੇ ਨਾ ਸ਼ਰੀਕਾਂ ਨੂੰ ਹੱਥ ਫੇਰਦੇ ਰਹੀ ਤਾਂ ਸਹੀ ਰਹਿੰਦੀਆਂ ਨੇ, ਇਹਨਾਂ ਨੂੰ ਹੱਥ ਫੇਰਦੇ ਰਹੀ ਤਾਂ ਫਿਰ ਸੈੱਟ ਰਹਿੰਦੀਆਂ ਨੇ, ਜੇ ਹੱਥ ਨਾ ਫੇਰੀਏ ਸ਼ਰੀਕੇ ਨੂੰ ਮੁੱਛ ਨੂੰ ਤਾਂ ਫਿਰ ਸੈੱਟ ਨਹੀਂ ਰਹਿੰਦੇ। ਠੀਕ ਹੋ ਗਿਆ, ਤੁਸੀਂ ਕੁਝ ਕਹਿਣਾ ਚਾਹੋਗੇ? ਤੁਸੀਂ ਦਬੇ ਦਬੇ ਅਲਫਾਜ਼ 'ਚ ਹੱਸਣ ਡਏ ਹੋ। ਨਹੀਂ ਨਹੀਂ, ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ, ਸਾਡੇ ਭਾਈਆਂ ਨੇ ਜੋ ਕੁਝ ਕਹਿ ਦਿੱਤਾ ਅਸੀਂ ਉਹਦੇ ਦੀ ਫਾਲੋ। ਸਾਡੀ ਆਡੀਅੰਸ ਨੂੰ ਕੋਈ ਪੈਗਾਮ ਦੇਣਾ ਚਾਹੋ, ਕਿਉਂਕਿ ਅੱਗੇ ਕ੍ਰਿਸਮਸ ਵੀ ਆ ਰਿਹਾ, ਇੱਥੇ ਸਾਡੀ ਜਿਹੜੀ ਈਸਾਈ ਬਰਾਦਰੀ ਹੈ ਉਹਨਾਂ ਲਈ ਕੋਈ ਪੈਗਾਮ ਦੇਣਾ ਚਾਹੋ, ਨਿਊ ਈਅਰ ਆ ਰਿਹਾ ਉਹਨੂੰ ਲੈ ਕੇ ਕੋਈ ਪੈਗਾਮ ਦੇਣਾ ਚਾਹੋ ਜੇ ਜੀ? ਅੱਛਾ ਅੱਛਾ, ਤੁਸੀਂ ਦੇ ਦਿਓ ਜੀ ਕੋਈ ਪੈਗਾਮ ਹੈਗਾ ਤੇ। ਜੀ ਮੈਂ ਤੇ ਪੈਗਾਮ ਦਿਆਂਗਾ ਜੀ, ਮੁਹੱਬਤ ਦਾ, ਅਮਨ ਦਾ। ਮੇਰੇ ਬੈਸਟ ਵਿਸ਼ਸ ਹੈ ਸਾਰੀ ਕ੍ਰਿਸਚੀਅਨ, ਮੇਰੀ ਬੈਸਟ ਵਿਸ਼ਸ ਨੇ ਸਾਡੀ ਸਾਰੀ ਜਿਹੜੀ ਆ ਇਹ ਕਮਿਊਨਿਟੀ, ਕ੍ਰਿਸਚੀਅਨ ਕਮਿਊਨਿਟੀ ਸਾਡੇ ਉਹ ਭਾਈ ਨੇ, ਅਤੇ ਅੱਲਾਹ ਤਾਲਾ ਉਹਨਾਂ ਵਾਸਤੇ ਵੀ ਬਿਹਤਰੀਆਂ ਫਰਮਾਏ, ਔਰ ਅਸੀਂ ਜਿਹੜੇ ਸਾਡੀ ਨੇਕ ਖਾਹਿਸ਼ਾਂ ਨੇ ਨਵੇਂ ਸਾਲ ਵਾਸਤੇ, ਅਸੀਂ ਉਹਨਾਂ ਦੇ ਨਾਲ ਹਾਂ ਜੀ ਉਹਨਾਂ ਦੀ ਖੁਸ਼ੀਆਂ 'ਚ। ਠੀਕ ਹੋ ਗਿਆ ਜੀ, ਥੈਂਕ ਯੂ ਸੋ ਮੱਚ, ਬਹੁਤ ਅੱਛਾ ਲੱਗਿਆ। ਇੱਥੇ ਸਾਡੇ ਪੰਜਾਬੀ ਭਰਾ ਖਲੋਤੇ ਸੀ, ਇਹਨਾਂ ਨਾਲ ਹੱਸੀ ਮਜ਼ਾਕ ਕੀਤਾ, ਗੱਲਬਾਤ ਕੀਤੀ, ਅਤੇ ਸਲਾਮਤ ਰਹੋ ਅਤੇ ਇੰਝ ਹੀ ਅੱਗੇ ਵੱਧਦੇ ਰਹੋ।